ਵਾਹਿਗੁਰੂ ਜੀ ਤੁਹਾਡਾ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕਰ ਰਹੇ ਹਾਂ ਜੀ ਰਾਜਨੀਤੀ। ਰਾਜਨੀਤੀ ਜੋ ਤੁਹਾਡਾ ਸਬਜੈਕਟ ਹੈ ਜੀ, ਸਭ ਤੋਂ ਜ਼ਿਆਦਾ ਸੌਖਾ, ਇੰਟਰਸਟਿੰਗ ਅਤੇ ਛੋਟਾ ਸਬਜੈਕਟ ਹੈ। ਇਸ ਸਬਜੈਕਟ ਦੀ ਤਿਆਰੀ ਜੇ ਤੁਸੀਂ ਇਕਾਗਰਮਾਨ ਹੋ ਕੇ ਇੱਕ ਛੋਟੀ ਜਿਹੀ ਜਿੱਦ ਕਰਕੇ ਬੈਠ ਜਾਓ ਤਾਂ ਤੁਸੀਂ 2 ਮਹੀਨਿਆਂ ਦੇ ਵਿੱਚ ਇਸ ਸਬਜੈਕਟ ਨੂੰ ਚੰਗੀ ਤਰ੍ਹਾਂ ਤਿਆਰ ਕਰ ਸਕਦੇ ਹੋ। 2 ਮਹੀਨਿਆਂ ਦੇ ਵਿੱਚ ਤੁਹਾਡੀ ਦੁਹਰਾਈ ਵੀ ਹੋ ਸਕਦੀ ਹੈ। ਜੋ ਤੁਸੀਂ ਇਸ ਸਬਜੈਕਟ ਨੂੰ ਤਿਆਰ ਕਰਦੇ ਸਮੇਂ ਧਿਆਨ ਰੱਖਣਾ ਕਿ ਤੁਸੀਂ ਜੋ ਸੋਧਾਂ, ਅਨੁਛੇਦ ਅਤੇ ਧਰਾਵਾਂ ਉਹਨਾਂ ਨੂੰ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਦੇ ਜਾਣਾ। ਸਾਰੇ ਜੋ ਅਨੁਛੇਦ ਧਰਾਵਾਂ ਉਹਨਾਂ ਨੂੰ ਯਾਦ ਕਰਨ ਦੀ ਲੋੜ ਨਹੀਂ। ਜਦੋਂ ਤੁਸੀਂ ਉਸ ਨੂੰ ਯਾਦ ਕਰ ਲਓਗੇ 5-7 ਦਿਨਾਂ ਦੇ ਵਿੱਚ, ਫਿਰ ਜੋ ਤੁਹਾਡਾ ਸਬਜੈਕਟ ਦਾ ਬਾਕੀ ਹਿੱਸਾ ਬਚੇਗਾ ਉਹ ਸਾਰੇ ਦਾ ਸਾਰਾ ਇੰਟਰਸਟਿੰਗ ਹੈ। ਉਸ ਨੂੰ ਇੱਕ ਲੜੀਵਾਰ ਤੁਸੀਂ ਪੜ੍ਹ ਲਓਗੇ 2-3 ਵਾਰ ਤਾਂ ਤੁਹਾਡੇ ਹਮੇਸ਼ਾ ਲਈ ਯਾਦ ਹੋ ਜਾਏਗਾ। ਤੁਹਾਡਾ ਕਦੇ ਵੀ ਪੇਪਰ ਵਿੱਚ ਕੋਈ ਪ੍ਰਸ਼ਨ ਗਲਤ ਨਹੀਂ ਜਾਵੇਗਾ। ਅਤੇ ਜੋ ਇਸ ਸਬਜੈਕਟ ਦੇ ਵਿੱਚ ਜ਼ਿਆਦਾਤਰ ਪ੍ਰਸ਼ਨ ਪੁੱਛੇ ਜਾਂਦੇ ਆ ਉਹ ਕਰੰਟ ਵਿੱਚੋਂ ਵੀ ਪੁੱਛੇ ਜਾਂਦੇ ਆ। ਕਈ ਵਾਰ 10-15 ਦੇ ਕਰੀਬ ਵੀ ਪ੍ਰਸ਼ਨ ਪੁੱਛੇ ਜਾਂਦੇ ਆ ਕਰੰਟ ਵਿੱਚੋਂ। ਉਹ ਤੁਸੀਂ ਹੁਣ ਤਾਂ ਤਿਆਰ ਨਹੀਂ ਕਰਨੇ, ਜਦੋਂ ਤੁਹਾਨੂੰ ਲੱਗਿਆ ਕਿ ਹਾਂ ਪੇਪਰ ਵਿੱਚ 1 ਮੰਥ ਜਾਂ 1.5 ਮੰਥ ਰਹਿੰਦਾ, ਫਿਰ ਤੁਸੀਂ ਕਰੰਟ ਦੇ ਵਿੱਚ ਜੋ ਵੀ ਤੁਹਾਨੂੰ ਮਟੀਰੀਅਲ ਮਿਲੇਗਾ ਉਸਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ। ਉਹਦੇ ਵਿੱਚ ਕੀ ਹੁੰਦਾ, ਸਾਡੀਆਂ ਜੋ ਭਾਰਤ ਦੀਆਂ ਰਾਜ ਸਰਕਾਰਾਂ ਉਹਨਾਂ ਉੱਪਰ ਪ੍ਰਸ਼ਨ ਪੁੱਛੇ ਜਾਂਦੇ ਆ, ਸੈਂਟਰ ਸਰਕਾਰ ਉੱਪਰ, ਸੁਪਰੀਮ ਕੋਰਟ ਹੋ ਗਏ, ਸਾਡੀ ਲੋਕ ਸਭਾ, ਰਾਜ ਸਭਾ, ਸਪੀਕਰ ਕੌਣ ਹੈ, ਠੀਕ ਹੈ, ਸਾਡੀ ਜੋ ਪੰਜਾਬ ਹੈ ਉਹ ਸਰਕਾਰ ਦੇ ਵਿੱਚ ਕਿਹੜੇ ਕਿਹੜੇ ਮੰਤਰੀ ਹੈ, ਸਾਡਾ ਜੋ ਵਿਧਾਨ ਸਭਾ ਉਹਦਾ ਸਪੀਕਰ ਕੌਣ ਹੈ, ਇਸ ਤਰ੍ਹਾਂ ਦੇ ਜੋ ਤੁਹਾਨੂੰ ਕਰੰਟ ਦੇ ਵਿੱਚ ਪ੍ਰਸ਼ਨ ਪੁੱਛੇ ਜਾਣਗੇ। ਅਤੇ ਜਾਂ ਕੋਈ ਪਾਰਟੀ ਪੁੱਛੀ ਜਾਂਦੀ ਹੈ ਕਿ ਇਹ ਪਾਰਟੀ ਕਿਹੜੇ ਰਾਜ ਨਾਲ ਸੰਬੰਧਿਤ ਹੈ, ਅਤੇ ਜਾਂ ਕਿਸੇ ਪਾਰਟੀ ਦੇ ਜੋ ਮੁੱਖ ਉਹਦਾ ਪ੍ਰਧਾਨ ਆ ਪਾਰਟੀ ਦਾ, ਉਸ ਬਾਰੇ ਪੁੱਛਿਆ ਜਾਂਦਾ ਕਿ ਇਹ ਜੋ ਇਨਸਾਨ ਆ ਕਿਸ ਪਾਰਟੀ ਨਾਲ ਸੰਬੰਧਿਤ ਹੈ। ਇਹ ਬੜਾ ਸੌਖਾ ਜਿਹਾ ਕੰਮ ਹੈ, 5-4 ਦਿਨਾਂ ਦੇ ਵਿੱਚ ਇਹ ਯਾਦ ਹੋ ਜਾਂਦਾ। ਤੁਹਾਡਾ ਜੋ ਜ਼ਿਆਦਾ ਜ਼ਰੂਰੀ ਕੰਮ ਹੈ ਉਹ ਤੁਹਾਡਾ ਸੰਵਿਧਾਨ ਅਤੇ ਜੋ ਤੁਹਾਡਾ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਜੀ, ਠੀਕ ਹੈ, ਸਾਰਾ ਮਟੀਰੀਅਲ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ। ਅੱਜ ਆਪਾਂ ਕਰ ਰਹੇ ਹਾਂ ਜੀ ਰਾਸ਼ਟਰਪਤੀ ਉੱਪਰ ਚਰਚਾ। ਸਾਡਾ ਪਹਿਲਾ ਪ੍ਰਸ਼ਨ ਹੈ ਜੀ ਕਿ ਰਾਸ਼ਟਰਪਤੀ ਲਈ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ? ਨਹੀਂ ਜੀ, ਬਿਲਕੁਲ ਵੀ ਜ਼ਰੂਰੀ ਨਹੀਂ। ਸਾਡੇ ਦੇਸ਼ ਦੇ ਰਾਸ਼ਟਰਪਤੀ ਲਈ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ। ਤੁਹਾਨੂੰ ਉੱਥੇ ਆਪਸ਼ਨਾਂ ਦਿੱਤੀਆਂ ਹੋਣਗੀਆਂ ਹੇਠ ਲਿਖਿਆ ਵਿੱਚੋਂ ਕਿਹੜੀ ਸ਼ਰਤ ਰਾਸ਼ਟਰਪਤੀ ਬਣਨ ਲਈ ਜ਼ਰੂਰੀ ਹੈ, ਅਤੇ ਨੀਚੇ ਇੱਕ ਆਪਸ਼ਨ ਹੋਵੇਗੀ ਪੜ੍ਹਿਆ ਲਿਖਿਆ ਹੋਣਾ। ਫਿਰ ਤੁਸੀਂ ਜਦੋਂ ਇਹ ਆਪਸ਼ਨ ਪੜ੍ਹੋਗੇ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ, ਤਾਂ ਤੁਸੀਂ ਉਸਨੂੰ ਰੱਦ ਕਰ ਦੋਗੇ। ਸਾਡੇ ਦੇਸ਼ ਦੇ ਰਾਸ਼ਟਰਪਤੀ ਲਈ ਪੜ੍ਹਿਆ ਲਿਖਿਆ ਹੋਣਾ ਕੋਈ ਜ਼ਰੂਰੀ ਨਹੀਂ ਜੀ। ਅਗਲਾ ਹੈ, ਰਾਸ਼ਟਰਪਤੀ ਸੰਸਦ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ? 14 ਮੈਂਬਰ, ਕੁੱਲ ਮੈਂਬਰ ਆ ਜੋ 14 ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਰਾਸ਼ਟਰਪਤੀ ਦੁਆਰਾ। ਅਗਲਾ ਦੇਖੋ, ਭਾਰਤ ਦਾ ਰਾਸ਼ਟਰਪਤੀ ਹੋਵੇਗਾ ਕਿਸ ਅਨੁਛੇਦ ਵਿੱਚ ਕਿਹਾ ਗਿਆ ਹੈ? ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖੋ ਕਿ ਜੋ ਅਨੁਛੇਦ 52, ਇਸ ਤੋਂ ਸ਼ੁਰੂ ਹੁੰਦੇ ਆ ਰਾਸ਼ਟਰਪਤੀ ਦੇ ਅਨੁਛੇਦ। ਜੋ ਪਹਿਲਾ ਅਨੁਛੇਦ ਹੈ ਇਹ ਹੈਗਾ ਜੀ 52 ਅਨੁਛੇਦ, ਜਿਸ ਦੇ ਨਾਲ ਰਾਸ਼ਟਰਪਤੀ ਸੰਬੰਧਿਤ ਹੈ, ਅਤੇ ਇਸੇ ਦੇ ਵਿੱਚ ਕਿਹਾ ਗਿਆ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਜੋ ਅਗਲਾ ਅਨੁਛੇਦ ਹੈ ਜੀ ਅਨੁਛੇਦ 53, ਅਨੁਛੇਦ 53 ਦੇ ਵਿੱਚ ਲਿਖਿਆ ਗਿਆ ਕਿ ਭਾਰਤ ਦੀਆਂ ਕਾਰਜਕਾਰੀ ਸ਼ਕਤੀਆਂ ਰਾਸ਼ਟਰਪਤੀ ਕੋਲ ਹੋਣਗੀਆਂ। 52 ਵਿੱਚ ਰਾਸ਼ਟਰਪਤੀ ਹੋਵੇਗਾ ਭਾਰਤ ਦਾ, 53 ਵਿੱਚ ਭਾਰਤ ਦੀਆਂ ਕਾਰਜਕਾਰੀ ਸ਼ਕਤੀਆਂ ਹੋਣਗੀਆਂ ਰਾਸ਼ਟਰਪਤੀ ਦੇ ਕੋਲ। ਜੋ ਪੂਰਾ ਵਾਕ ਲਿਖਿਆ ਗਿਆ ਇਸ ਦੇ ਵਿੱਚ ਅਨੁਛੇਦ 53 ਦੇ ਵਿੱਚ, ਉਹ ਇਸ ਤਰ੍ਹਾਂ ਲਿਖਿਆ ਗਿਆ ਕਿ ਭਾਰਤ ਦੀਆਂ ਕਾਰਜਕਾਰੀ ਸ਼ਕਤੀਆਂ ਰਾਸ਼ਟਰਪਤੀ ਕੋਲ ਹੋਣਗੀਆਂ, ਜਿਨ੍ਹਾਂ ਦੀ ਵਰਤੋਂ ਉਹ ਮੰਤਰੀ ਪਰਿਸ਼ਦ ਦੀ ਸਲਾਹ ਅਨੁਸਾਰ ਕਰੇਗਾ, ਜਿਸ ਦਾ ਪ੍ਰਧਾਨ ਹੋਵੇਗਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ। ਅਗਲਾ ਹੈ, ਰਾਸ਼ਟਰਪਤੀ ਸ਼ਕਤੀ ਹੈ, ਰਾਸ਼ਟਰਪਤੀ ਸ਼ਕਤੀ ਹੈਗੀ ਹੈ ਜੀ ਨਾਮ ਮਾਤਰ ਦੀ ਸ਼ਕਤੀ, ਜੋ ਅਸਲੀ ਸ਼ਕਤੀ ਹੈ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ। ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਕਿਸ ਅਨੁਛੇਦ ਵਿੱਚ ਵਿਵਸਥਾ ਹੈ? ਜੋ ਮੰਤਰੀ ਪਰਿਸ਼ਦ ਸਲਾਹ ਦਿੰਦੀ ਹੈ ਜੀ ਰਾਸ਼ਟਰਪਤੀ ਨੂੰ, ਉਹਦੀ ਵਿਵਸਥਾ ਕੀਤੀ ਗਈ ਹੈ 74(1) ਅਨੁਛੇਦ ਦੇ ਵਿੱਚ। ਪੇਪਰ ਦੇ ਵਿੱਚ ਇੱਕ ਦੀ ਬਜਾਏ ਊੜਾ, ਕੱਕਾ ਜਾਂ ਇਹ ਲਿਖਿਆ ਆ ਸਕਦਾ, ਤੁਸੀਂ ਫਿਰ ਇਸ ਨੂੰ ਧਿਆਨ ਦੇ ਨਾਲ ਪੇਪਰ ਦੇ ਵਿੱਚ ਕਰਨਾ ਇਸ ਪ੍ਰਸ਼ਨ ਨੂੰ। ਜੇ ਤੁਹਾਨੂੰ ਕਿਸੇ ਪ੍ਰਸ਼ਨ ਨੂੰ ਸਮਝਣ ਵਿੱਚ ਹਿੰਦੀ ਜਾਂ ਪੰਜਾਬੀ ਵਿੱਚ ਸਮੱਸਿਆ ਆ ਰਹੀ ਹੋਵੇ ਤਾਂ ਤੁਸੀਂ ਚੁੱਪ ਕਰਕੇ ਇੰਗਲਿਸ਼ ਦੇ ਵਿੱਚ ਪ੍ਰਸ਼ਨ ਨੂੰ ਦੇਖ ਲਿਆ ਕਰੋ। ਇੰਗਲਿਸ਼ ਦੇ ਵਿੱਚ ਪ੍ਰਸ਼ਨ ਨੂੰ ਉਲਝਾਇਆ ਨਹੀਂ ਜਾ ਸਕਦਾ ਜ਼ਿਆਦਾ, ਤੁਹਾਨੂੰ ਇੰਗਲਿਸ਼ ਚਾਹੇ ਘੱਟ ਆਉਂਦੀ ਹੈ ਪਰ ਤੁਸੀਂ ਫਿਰ ਵੀ ਉਸਨੂੰ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ। ਜੋ ਪ੍ਰਸ਼ਨ ਤੁਸੀਂ ਪੜ੍ਹੇ ਹੋਏ ਆ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ, ਉਹਨਾਂ ਨੂੰ ਤੁਸੀਂ ਇੰਗਲਿਸ਼ ਵਿੱਚ ਵੀ ਪੜ੍ਹੋਗੇ ਨਾ ਤੁਹਾਨੂੰ ਆਪਣੇ ਆਪ ਸਮਝ ਆ ਜਾਣਗੇ। ਤੁਸੀਂ ਇੱਕ ਵਾਰ ਥੋੜ੍ਹਾ ਜਿਹਾ ਪੜ੍ਹ ਕੇ ਜਿਸ ਪ੍ਰਸ਼ਨ ਦੇ ਵਿੱਚ ਤੁਸੀਂ ਜ਼ਿਆਦਾ ਉਲਝ ਰਹੇ ਹੋ, ਠੀਕ ਹੈ, ਜਾਂ ਨਜਾਇਜ਼ ਹੀ ਜ਼ਿਆਦਾ ਤੁਹਾਨੂੰ ਪ੍ਰਸ਼ਨ ਸੌਖਾ ਲੱਗ ਰਿਹਾ, ਉਸ ਨੂੰ ਵੀ ਇੰਗਲਿਸ਼ ਵਿੱਚ ਦੇਖਿਆ ਕਰੋ, ਕਿਉਂਕਿ ਸੌਖੇ ਪ੍ਰਸ਼ਨ ਹੀ ਗਲਤ ਇਸ ਲਈ ਹੁੰਦੇ ਆ ਕਿਉਂਕਿ ਬੜੇ ਬੜੇ ਉਲਝਾ ਕੇ ਪੁੱਛੇ ਹੁੰਦੇ ਆ। ਜੋ ਪ੍ਰਸ਼ਨ ਦੀ ਸਹੀ ਆਪਸ਼ਨ ਹੁੰਦੀ ਹੈ ਉਸ ਨੂੰ ਇੰਨਾ ਜ਼ਿਆਦਾ ਉਲਟ ਕਰ ਦਿੰਦੇ ਆ ਪ੍ਰਸ਼ਨ ਦੇ ਪੜ੍ਹਨ ਵਿੱਚ ਕਿ ਸਾਨੂੰ ਲੱਗਦਾ ਹੀ ਨਹੀਂ ਕਿ ਇਹ ਆਪਸ਼ਨ ਹੋਵੇਗੀ। ਫਿਰ ਜਦੋਂ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਸਹੀ ਆਪਸ਼ਨ ਲੱਗੇਗੀ, ਇੰਗਲਿਸ਼ ਤੁਹਾਨੂੰ ਚਾਹੇ ਘੱਟ ਹੀ ਕਿਉਂ ਨਾ ਆਉਂਦੀ ਹੋਵੇ। ਅਗਲਾ ਹੈ, ਅਨੁਛੇਦ 77 ਅਨੁਸਾਰ ਭਾਰਤ ਦਾ ਜੋ
ਰਾਸ਼ਟਰਪਤੀ ਹੈ ਜੀ, ਉਸਦੇ ਨਾਮ 'ਤੇ ਸਾਡੇ ਦੇਸ਼ ਦਾ ਸ਼ਾਸਨ ਚਲਾਇਆ ਜਾਵੇਗਾ। ਇਹ ਵਿਵਸਥਾ ਕੀਤੀ ਗਈ ਹੈ 77 ਦੇ ਵਿੱਚ। ਕੀ ਸੰਕਟਕਾਲੀਨ ਸ਼ਕਤੀਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ? ਹਾਂਜੀ, ਚੁਣੌਤੀ ਦਿੱਤੀ ਜਾ ਸਕਦੀ ਹੈ। ਅਤੇ ਇਹ ਵਿਵਸਥਾ ਕੀਤੀ ਸੀ 44ਵੀਂ ਸੋਧ 1978 ਦੇ ਵਿੱਚ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਨਾਲ ਸੰਬੰਧਿਤ ਅਨੁਛੇਦ ਹਨ 352, 356, 360। ਇਹ ਤਿੰਨ ਜੋ ਅਨੁਛੇਦ ਹੈ ਜੀ, ਤੁਹਾਨੂੰ ਵੀਡੀਓ ਦੇਖਦੇ ਹੋਏ ਲੱਗ ਰਿਹਾ ਕਿ ਤੁਹਾਨੂੰ ਯਾਦ ਆ, ਪਰ ਪੇਪਰਾਂ ਦੇ ਵਿੱਚ ਬੜੇ ਅਜੀਬ ਜਿਹੇ ਢੰਗ ਨਾਲ ਪੁੱਛੇ ਜਾਣੇ ਆ। ਤੁਸੀਂ ਦੇਖ ਲਓਗੇ ਕਿ ਇਸ ਦੇ ਵਿੱਚ 4-4 ਦਾ ਫਾਸਲਾ, ਜੋ ਬਾਕੀ ਆਪਸ਼ਨਾਂ ਦੇਵੇਗਾ ਉਸ ਵਿੱਚ ਵੀ 4-4 ਦਾ ਫਾਸਲਾ ਰੱਖੇਗਾ। 356 ਦੀ ਜਗ੍ਹਾ ਕਰ ਦੇਗਾ 256, 360 ਦੀ ਜਗ੍ਹਾ ਕਰ ਦੇਗਾ 362। ਫਿਰ ਕਾਫੀ ਸਮੱਸਿਆ ਆ ਜਾਂਦੀ ਹੈ, ਚਾਰ ਆਪਸ਼ਨਾਂ ਹੋਣੀਆਂ, ਚਾਰਾਂ ਵਿੱਚ ਅਲੱਗ ਅਲੱਗ ਹੋਵੇਗਾ, ਕੋਈ ਇੱਕ ਆਪਸ਼ਨ ਦੇ ਵਿੱਚ 52, 56, 60 ਲਿਖਿਆ ਹੋਵੇਗਾ। ਫਿਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ। ਅਨੁਛੇਦ 74 ਅਨੁਸਾਰ ਰਾਸ਼ਟਰਪਤੀ ਲਈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣਾ ਜ਼ਰੂਰੀ ਹੈ। ਉੱਪਰ ਆਪਾਂ ਕਰਕੇ ਆਏ ਸੀ 74-1, ਜਿਸ ਦੇ ਵਿੱਚ ਵਿਵਸਥਾ ਕੀਤੀ ਗਈ ਹੈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣਾ। ਅਤੇ ਹੁਣ ਹੈਗਾ 74 ਅਨੁਛੇਦ ਇਕੱਲਾ, ਇਸ ਤੋਂ ਬਾਅਦ ਸ਼ੁਰੂ ਹੋਵੇਗਾ 74-1। ਅਤੇ 74 ਦੇ ਵਿੱਚ ਲਿਖਿਆ ਗਿਆ ਰਾਸ਼ਟਰਪਤੀ ਲਈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣਾ ਜ਼ਰੂਰੀ ਹੈ। ਇਹ ਸਿਰਫ ਸੀਗਾ 42ਵੀਂ ਸੋਧ 1976 ਤੱਕ। ਬਾਅਦ ਦੇ ਵਿੱਚ ਇੱਕ ਸੋਧ ਹੋਈ 44ਵੀਂ ਸੋਧ, ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਰਾਸ਼ਟਰਪਤੀ ਹੈ ਜਿਹੜਾ ਮੰਤਰੀ ਪਰਿਸ਼ਦ ਦੀ ਸਲਾਹ ਨੂੰ ਮੁੜ ਵਿਚਾਰ ਲਈ ਭੇਜ ਸਕਦਾ। ਪਹਿਲਾਂ ਤਾਂ ਤੁਸੀਂ ਜੋ 42ਵੀਂ ਸੋਧ ਹੈ ਅਤੇ 44ਵੀਂ ਸੋਧ ਹੈ, ਇਸਦਾ ਸਮਾਂ ਯਾਦ ਕਰ ਲਓ। ਇਹ ਸਮਾਂ ਹੀ ਜ਼ਿਆਦਾਤਰ ਪੁੱਛਿਆ ਜਾਂਦਾ। ਇੱਕ ਜੋ 42ਵੀਂ ਸੋਧ ਹੈ, ਇਸ ਨੂੰ ਕਿਹਾ ਜਾਂਦਾ ਮਿੰਨੀ ਸੰਵਿਧਾਨ। ਠੀਕ ਹੈ ਜੀ, ਇਹ ਮਿੰਨੀ ਸੰਵਿਧਾਨ ਤਿਆਰ ਕਰਵਾਇਆ ਸੀ ਇੰਦਰਾ ਗਾਂਧੀ ਨੇ। ਕਾਫੀ ਜ਼ਿਆਦਾ ਸ਼ਕਤੀਸ਼ਾਲੀ ਔਰਤ ਬਣਨਾ ਚਾਹੁੰਦੀ ਸੀ, ਕਾਫੀ ਜ਼ਿਆਦਾ ਜੋ ਸ਼ਕਤੀਆਂ ਸੀ ਪ੍ਰਧਾਨ ਮੰਤਰੀ ਕੋਲ ਉਸ ਸਮੇਂ ਨਹੀਂ ਹੁੰਦੀਆਂ ਸੀ। ਫਿਰ ਉਸਨੇ ਸੰਵਿਧਾਨ ਦੇ ਵਿੱਚ ਕਾਫੀ ਜ਼ਿਆਦਾ ਸੋਧਾਂ ਕਰਤੀਆਂ ਸੀਗੀਆਂ ਅਤੇ ਪ੍ਰਧਾਨ ਮੰਤਰੀ ਦੀ ਜਿਹੜੀ ਸਥਿਤੀ ਹੈ ਉਸਨੂੰ ਕਾਫੀ ਜ਼ਿਆਦਾ ਮਜ਼ਬੂਤ ਕਰਤਾ ਸੀ। 42ਵੀਂ ਸੋਧ ਹੋਈ ਸੀ 1976 ਦੇ ਵਿੱਚ ਅਤੇ 44ਵੀਂ ਸੋਧ ਹੋਈ ਸੀ 1978 ਦੇ ਵਿੱਚ। ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ, 4 ਅਤੇ 2 6 ਆ, ਤਾਂ ਇਹਦੇ ਲਾਸਟ ਵਿੱਚ 6 ਆ। ਫਿਰ 42ਵੀਂ ਸੋਧ ਹੋ ਜਾਏਗੀ 76 ਦੇ ਵਿੱਚ, 4 ਅਤੇ 4 8, ਇਸ ਦੇ ਲਾਸਟ ਵਿੱਚ ਹੈ ਜੀ 8। ਇਹ ਹੈਗਾ 1978 ਦੇ ਵਿੱਚ। ਜੋ ਤੁਸੀਂ ਹੁਣ ਨੋਟ ਕਰਨੀ ਹੈ ਗੱਲ ਕਿ ਰਾਸ਼ਟਰਪਤੀ ਹੈ ਜੀ, ਇਹਦੇ ਲਈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣਾ 42ਵੀਂ ਸੋਧ 1976 ਤੱਕ ਤਾਂ ਸੀਗਾ ਜ਼ਰੂਰੀ। ਪਰ ਹੁਣ ਰਾਸ਼ਟਰਪਤੀ ਹੈ ਜਿਹੜਾ, ਇਹ ਮੰਤਰੀ ਪਰਿਸ਼ਦ ਦੀ ਸਲਾਹ ਨੂੰ ਇੱਕ ਵਾਰੀ ਵਾਪਸ ਭੇਜ ਸਕਦਾ ਕਿ ਤੁਸੀਂ ਇਸ ਨੂੰ ਇੱਕ ਵਾਰ ਫਿਰ ਧਿਆਨ ਵਿੱਚ ਲਿਆ ਕੇ ਚੰਗੀ ਤਰ੍ਹਾਂ ਪਰਖ ਲਓ ਜੀ ਕਿ ਇਹ ਗੱਲ ਚੰਗੀ ਹੈ ਜਾਂ ਮਾੜੀ ਹੈ, ਤਾਂ ਮੰਤਰੀ ਪਰਿਸ਼ਦ ਉਸ ਉੱਪਰ ਮੁੜ ਵਿਚਾਰ ਕਰੇ ਨਾ ਕਰੇ, ਰਾਸ਼ਟਰਪਤੀ ਨੂੰ ਉਸੇ ਤਰ੍ਹਾਂ ਵਾਪਸ ਭੇਜ ਦੇ, ਤਾਂ ਫਿਰ ਰਾਸ਼ਟਰਪਤੀ ਨੂੰ ਮਨਜ਼ੂਰੀ ਦੇਣੀ ਪੈਂਦੀ ਹੈ। ਇਹ ਫਿਰ ਹੁਣ ਤੁਸੀਂ ਦੇਖਣਾ ਕਿ ਪੇਪਰ ਵਿੱਚ ਆਪਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਰਿਹਾ। ਜੇ ਉੱਥੇ ਦੇ ਰਿਹਾ ਕਿ ਮੁੜ ਵਿਚਾਰ ਲਈ ਭੇਜ ਸਕਦਾ, ਫਿਰ ਤੁਸੀਂ ਇਸ ਨੂੰ ਲਾਓਗੇ। ਜੇ ਮੁੜ ਵਿਚਾਰ ਵਾਲੀ ਆਪਸ਼ਨ ਤੁਹਾਨੂੰ ਨਹੀਂ ਦਿੱਤੀ ਹੋਈ ਉੱਥੇ, ਫਿਰ ਤੁਸੀਂ ਲਿਖੋਗੇ ਕਿ ਰਾਸ਼ਟਰਪਤੀ ਨੂੰ ਸਲਾਹ ਮੰਨਣਾ ਜ਼ਰੂਰੀ ਹੈ। ਅਗਲਾ ਪ੍ਰਸ਼ਨ ਹੈ ਜੀ, ਜਿਸ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਸਮਝ ਕੇ ਯਾਦ ਕਰਨਾ। ਰਾਸ਼ਟਰਪਤੀ ਨੂੰ ਤਨਖਾਹ ਅਤੇ ਭੱਤੇ ਕਿਸ ਫੰਡ ਵਿੱਚੋਂ ਦਿੱਤੇ ਜਾਂਦੇ ਹਨ? ਕੰਸੋਲੀਡੇਟਡ ਫੰਡ, ਇਸ ਦੇ ਵਿੱਚੋਂ ਰਾਸ਼ਟਰਪਤੀ ਨੂੰ ਦਿੱਤੇ ਜਾਂਦੇ ਆ ਤਨਖਾਹ ਅਤੇ ਭੱਤੇ। ਨੋਟ ਤੁਸੀਂ ਇਹ ਕਰਨਾ ਕਿ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਨਾ ਇੱਕ ਹੋਰ ਜੋ ਫੰਡ ਹੈ ਜੀ ਉਹ ਜੁੜਦਾ, ਉਹ ਹੈਗਾ ਕੰਟੈਨਜੈਂਸੀ ਫੰਡ। ਜੋ ਕੰਟੈਨਜੈਂਸੀ ਫੰਡ ਹੈ ਜੀ, ਉਸਦੇ ਵਿੱਚੋਂ ਰਾਸ਼ਟਰਪਤੀ ਅਚਨਚੇਤੀ ਫੰਡ ਆ ਜਿਹੜਾ ਉਹ ਖਰਚ ਕਰ ਸਕਦਾ। ਅਤੇ ਕੰਟੈਨਜੈਂਸੀ ਜਿਹੜਾ ਫੰਡ ਆ, ਉਸਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਪੈਸਾ ਖਰਚ ਨਹੀਂ ਕੀਤਾ ਜਾ ਸਕਦਾ। ਇਹ ਦੋਨੇ ਹੀ ਫੰਡ ਤੁਹਾਨੂੰ ਚੰਗੀ ਤਰ੍ਹਾਂ ਯਾਦ ਕਰਨੇ ਪੈਣਗੇ। ਸਭ ਤੋਂ ਪਹਿਲਾਂ ਤੁਸੀਂ ਯਾਦ ਕਰੋ, ਜੋ ਤਨਖਾਹ ਰਾਸ਼ਟਰਪਤੀ ਨੂੰ ਦਿੱਤੀ ਜਾਂਦੀ ਹੈ ਜੀ, ਇਹ ਦਿੱਤੀ ਜਾਂਦੀ ਹੈ ਕੰਸੋਲੀਡੇਟਡ ਫੰਡ ਦੇ ਵਿੱਚੋਂ। ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇ। ਫਿਰ ਆਪਾਂ ਕਰਾਂਗੇ ਕਿ ਕਿਸ ਫੰਡ ਦੇ ਵਿੱਚੋਂ ਰਾਸ਼ਟਰਪਤੀ ਦੀ ਮਨਜ਼ੂਰੀ ਬਿਨਾਂ ਖਰਚਾ ਨਹੀਂ ਕੀਤਾ ਜਾ ਸਕਦਾ, ਜਾਂ ਕਿਸ ਫੰਡ ਉੱਪਰ ਰਾਸ਼ਟਰਪਤੀ ਦਾ ਪੂਰਨ ਅਧਿਕਾਰ ਹੁੰਦਾ, ਉਹ ਹੁੰਦਾ ਕੰਟੈਨਜੈਂਸੀ ਫੰਡ। ਇਹ ਆਪਾਂ ਅੱਗੇ ਕਰਾਂਗੇ ਜੀ ਇਸੇ ਵੀਡੀਓ ਦੇ ਵਿੱਚ ਪ੍ਰਸ਼ਨ, ਪਹਿਲਾਂ ਤੁਸੀਂ ਇਹ ਯਾਦ ਕਰ ਲਓ ਕੰਸੋਲੀਡੇਟਡ ਫੰਡ। ਰਾਸ਼ਟਰਪਤੀ ਦੀ ਚੋਣ ਸਮੇਂ ਰਿਟਰਨਿੰਗ ਅਫਸਰ ਹੁੰਦਾ ਹੈ, ਇਹ ਅਫਸਰ ਹੁੰਦਾ ਲੋਕ ਸਭਾ ਜਾਂ ਰਾਜ ਸਭਾ ਦਾ ਸਕੱਤਰ ਜਨਰਲ। ਜੋ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਜੀ, ਉਸ ਲਈ ਬਣਾਇਆ ਜਾਂਦਾ ਇੱਕ ਚੋਣ ਮੰਡਲ, ਅਤੇ ਚੋਣ ਮੰਡਲ ਦਾ ਜੋ ਮੁੱਖ ਅਧਿਕਾਰੀ ਹੁੰਦਾ ਉਹ ਹੁੰਦਾ ਰਿਟਰਨਿੰਗ ਅਫਸਰ। ਅਤੇ ਇਹ ਅਫਸਰ ਦੀ ਪ੍ਰਥਾ ਸਾਡੇ ਦੇਸ਼ ਵਿੱਚ ਚੱਲਦੀ ਹੈ ਕਿ ਇੱਕ ਵਾਰ ਹੁੰਦਾ ਲੋਕ ਸਭਾ ਦਾ ਸਕੱਤਰ ਜਨਰਲ, ਇੱਕ ਵਾਰ ਹੁੰਦਾ ਰਾਜ ਸਭਾ ਦਾ ਸਕੱਤਰ ਜਨਰਲ। ਇਸਦਾ ਤੁਸੀਂ ਸਕਰੀਨਸ਼ੋਟ ਲੈਣਾ, ਬਾਅਦ ਦੇ ਵਿੱਚ ਤੁਸੀਂ ਇਸ ਨੂੰ ਲਿਖ ਸਕਦੇ ਹੋ ਆਪਣੀ ਨੋਟਬੁੱਕ ਦੇ ਵਿੱਚ।
ਰਾਸ਼ਟਰਪਤੀ ਦਾ ਕਾਰਜਕਾਲ ਸ਼ੁਰੂ ਹੁੰਦਾ ਹੈ ਜਦੋਂ ਪਦਵੀ ਗ੍ਰਹਿਣ ਕਰਦਾ। ਠੀਕ ਹੈ, ਕਈ ਆਪਸ਼ਨਾਂ ਦਿੱਤੀਆਂ ਹੁੰਦੀਆਂ ਉੱਥੇ, ਸਹੁੰ ਚੁੱਕਣ ਸਮੇਂ, ਵੋਟਾਂ ਸਮਾਪਤ ਹੋਣ ਸਮੇਂ, ਵੋਟਾਂ ਪੈਣ ਤੋਂ ਬਾਅਦ, ਵੋਟਾਂ ਦੀ ਗਿਣਤੀ ਤੋਂ ਬਾਅਦ। ਪਰ ਜੋ ਸਹੀ ਕਾਰਜਕਾਲ ਰਾਸ਼ਟਰਪਤੀ ਦਾ ਸ਼ੁਰੂ ਹੁੰਦਾ ਉਹ ਹੁੰਦਾ ਜੀ ਪਦਵੀ ਗ੍ਰਹਿਣ ਕਰਨ 'ਤੇ। ਅਤੇ ਰਾਸ਼ਟਰਪਤੀ ਦਾ ਜਿਹੜਾ ਕਾਰਜਕਾਲ ਹੈ ਜੀ ਇਹ ਹੈਗਾ ਇੱਕ ਨਿਸ਼ਚਿਤ ਕਾਰਜਕਾਲ, ਪੂਰੇ 5 ਸਾਲ ਬਿਰਾਜਮਾਨ ਰਹਿੰਦਾ ਰਾਸ਼ਟਰਪਤੀ ਆਪਣੇ ਅਹੁਦੇ ਉੱਪਰ ਜੇਕਰ ਮਹਾਂਅਭਿਯੋਗ ਨਾ ਲੱਗੇ ਤਾਂ। ਜੇਕਰ ਰਾਸ਼ਟਰਪਤੀ ਦੀ ਸੀਟ ਖਾਲੀ ਹੋਵੇ ਤਾਂ ਉਪ ਰਾਸ਼ਟਰਪਤੀ ਵੱਧ ਤੋਂ ਵੱਧ ਕਿੰਨਾ ਸਮਾਂ ਪਦਵੀ ਸੰਭਾਲ ਸਕਦਾ ਹੈ? 6 ਮਹੀਨੇ ਇਹ ਪਦਵੀ ਸੰਭਾਲ ਸਕਦਾ। ਰਾਸ਼ਟਰਪਤੀ ਦੀ ਜ਼ਮਾਨਤ ਰੱਦ ਹੋ ਜਾਂਦੀ ਹੈ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਜੀ, ਅਤੇ ਉਮੀਦਵਾਰ ਨੂੰ ਕੁਝ ਕੁ ਰਾਸ਼ੀ ਹੈ ਜਿਹੜੀ ਉਹ ਜਮ੍ਹਾਂ ਕਰਵਾਉਣੀ ਪੈਂਦੀ ਹੈ। ਚਾਹੇ ਕੋਈ ਵੀ MP ਹੈ, ਚਾਹੇ MLA ਹੈ, ਸਾਰਿਆਂ ਨੂੰ ਹੀ ਇਹ ਰਾਸ਼ੀ ਜਮ੍ਹਾਂ ਕਰਵਾਉਣੀ ਪੈਂਦੀ ਹੈ। ਸਾਰਿਆਂ ਲਈ ਇਹ ਰਾਸ਼ੀ ਅਲੱਗ ਅਲੱਗ ਹੈ। ਅਤੇ ਰਾਸ਼ਟਰਪਤੀ ਦੀ ਜਿਹੜੀ ਜ਼ਮਾਨਤ ਹੈ ਜੀ ਇਹ ਰੱਦ ਫਿਰ ਹੋ ਜਾਂਦੀ ਹੈ ਜੇਕਰ 1/6 ਭਾਗ ਵੋਟਾਂ ਦਾ ਪ੍ਰਾਪਤ ਨਾ ਕਰ ਸਕੇ। ਜੋ ਰਾਸ਼ੀ ਉਸਨੇ ਜਮ੍ਹਾਂ ਕਰਵਾਈ ਸੀ ਚੋਣਾਂ ਵਿੱਚ ਹਿੱਸਾ ਲੈਣ ਸਮੇਂ, ਜੇ ਉਹ 1/6 ਭਾਗ ਵੋਟਾਂ ਦਾ ਹਾਸਲ ਕਰ ਲੈਂਦਾ, ਚਾਹੇ ਹਾਰ ਵੀ ਜਾਂਦਾ, ਤਾਂ ਉਹ ਰਾਸ਼ੀ ਉਸਨੂੰ ਵਾਪਸ ਕਰ ਦਿੱਤੀ ਜਾਂਦੀ ਹੈ। ਜੇਕਰ 1/6 ਭਾਗ ਵੋਟਾਂ ਉਸਨੂੰ ਨਹੀਂ ਪ੍ਰਾਪਤ ਹੁੰਦੀਆਂ ਤਾਂ ਉਹ ਰਾਸ਼ੀ ਹੈ ਜਿਹੜੀ ਉਸਨੂੰ ਵਾਪਸ ਨਹੀਂ ਕੀਤੀ ਜਾਂਦੀ। ਇਸ ਨੂੰ ਕਿਹਾ ਜਾਂਦਾ ਜ਼ਮਾਨਤ ਜ਼ਬਤ ਹੋਣਾ ਜਾਂ ਜ਼ਮਾਨਤ ਰੱਦ ਹੋਣਾ। ਅਗਲਾ ਹੈਗਾ, ਰਾਸ਼ਟਰਪਤੀ ਦੀ ਚੋਣ ਕਿਸ ਪ੍ਰਣਾਲੀ ਰਾਹੀਂ ਹੁੰਦੀ ਹੈ? ਪੰਜਾਬੀ ਵਿੱਚ ਤੁਸੀਂ ਇੱਕ ਵਾਰ ਪੜ੍ਹ ਲੈਣਾ, ਪਰ ਯਾਦ ਤੁਸੀਂ ਕਰਨਾ ਇਸ ਨੂੰ ਇੰਗਲਿਸ਼ ਦੇ ਵਿੱਚ। ਅਕੈਰੀ ਬਦਲਵੀਂ ਅਨੁਪਾਤਕ ਪ੍ਰਤੀਨਿਧਤਾ, ਪੇਪਰਾਂ ਵਿੱਚ ਲਿਖਿਆ ਹੋਵੇਗਾ ਦੂਰੀ, ਠੀਕ ਹੈ, ਜਾਂ ਹੋਰ ਵੀ ਕਈ ਆਪਸ਼ਨਾਂ ਦਿੱਤੀਆਂ ਹੋਣਗੀਆਂ। ਅਤੇ ਫਿਰ ਇਸ ਪ੍ਰਸ਼ਨ ਦੇ ਵਿੱਚ ਗਲਤੀ ਕਰਨ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਕਰ ਲਓ। ਪ੍ਰੋਪੋਰਸ਼ਨਲ ਰੀਪ੍ਰਜੈਂਟੇਸ਼ਨ ਸਿੰਗਲ ਟ੍ਰਾਂਸਫਰਏਬਲ ਵੋਟ ਸਿਸਟਮ, ਇਹਦਾ ਤੁਸੀਂ ਸਕਰੀਨਸ਼ੋਟ ਲੈਣਾ ਜੀ, ਠੀਕ ਹੈ, ਅਤੇ ਫਿਰ ਇਸ ਨੂੰ ਨੋਟ ਕਰ ਲੈਣਾ। ਪੰਜਾਬੀ ਵਿੱਚ ਯਾਦ ਹੁੰਦਾ, ਪੰਜਾਬੀ ਵਿੱਚ ਯਾਦ ਕਰ ਲਓ ਅਕੈਰੀ ਬਦਲਵੀਂ ਅਨੁਪਾਤਕ ਪ੍ਰਤੀਨਿਧਤਾ। ਕੀ ਰਾਸ਼ਟਰਪਤੀ ਦੁਬਾਰਾ ਚੋਣ ਲੜ ਸਕਦਾ ਹੈ? ਹਾਂਜੀ, 22ਵੀਂ ਸੰਵਿਧਾਨਕ ਸੋਧ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਸੀਗੀ, ਪਰ ਸਿਰਫ ਰਜਿੰਦਰ ਪ੍ਰਸਾਦ ਆ ਸਾਡੇ ਜੋ ਦੁਬਾਰਾ ਰਾਸ਼ਟਰਪਤੀ ਬਣੇ ਸੀ, ਇਸ ਤੋਂ ਬਿਨਾਂ ਕੋਈ ਵੀ ਰਾਸ਼ਟਰਪਤੀ ਦੂਸਰੀ ਵਾਰ ਰਾਸ਼ਟਰਪਤੀ ਨਹੀਂ ਬਣਿਆ। ਸਭ ਤੋਂ ਜ਼ਿਆਦਾ ਸਮਾਂ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਕੌਣ ਰਿਹਾ? ਡਾਕਟਰ ਰਜਿੰਦਰ ਪ੍ਰਸਾਦ। ਕਿਹੜਾ ਰਾਸ਼ਟਰਪਤੀ ਆਪਣੇ ਕਾਰਜਕਾਲ ਦੌਰਾਨ ਸਵਰਗਵਾਸ ਹੋਇਆ? ਇਹ ਦੋ ਰਾਸ਼ਟਰਪਤੀ ਹੈ ਜਿਹੜੇ ਆਪਣੇ ਕਾਰਜਕਾਲ ਸਮੇਂ ਸਵਰਗਵਾਸ ਹੋ ਗਏ ਸੀ। ਇੱਕ ਹੈਗੇ ਜੀ ਜਾਕਰ ਹੁਸੈਨ, ਇਹ ਰਾਸ਼ਟਰਪਤੀ ਸੀਗੇ ਤੀਸਰੇ ਰਾਸ਼ਟਰਪਤੀ। ਬਸ ਤੁਸੀਂ ਸਿਰਫ ਇੰਨਾ ਯਾਦ ਕਰਨਾ ਕਿ ਤੀਸਰੇ ਰਾਸ਼ਟਰਪਤੀ ਸੀ ਅਤੇ ਜਾਕਰ ਹੁਸੈਨ ਦੀ ਮੌਤ ਹੋਈ ਸੀ ਆਪਣੇ ਦਫ਼ਤਰ ਦੇ ਵਿੱਚ। ਇਹ ਵੈਸੇ ਦੂਸਰੇ ਉਪ ਰਾਸ਼ਟਰਪਤੀ ਵੀ ਰਹੇ ਸੀ, ਇਹਨਾਂ ਦੀ ਮੌਤ ਹੋਈ ਹੈ 3 ਮਈ 1969 ਦੇ ਵਿੱਚ, ਇਹ ਤੁਸੀਂ ਯਾਦ ਨਹੀਂ ਕਰਨਾ। ਇੱਕ ਸੀਗੇ ਜੀ ਫਖਰੂਦੀਨ ਅਹਿਮਦ ਅਲੀ ਅਹਿਮਦ, ਇਹ ਸੀਗੇ 5ਵੇਂ ਰਾਸ਼ਟਰਪਤੀ ਅਤੇ ਇਹਨਾਂ ਦੀ ਮੌਤ ਹੋਈ ਹੈ 1977 ਦੇ ਵਿੱਚ। ਬਸ ਤੀਸਰੇ ਅਤੇ 5ਵੇਂ ਰਾਸ਼ਟਰਪਤੀ ਆ, ਇਹ ਆਪਣੇ ਦਫ਼ਤਰ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ, ਇਹ ਤੁਸੀਂ ਯਾਦ ਕਰਨਾ। ਨਾਮ ਤੁਹਾਡੇ ਯਾਦ ਆ ਜਾਕਰ ਹੁਸੈਨ ਅਤੇ ਫਖਰੂਦੀਨ ਅਲੀ ਅਹਿਮਦ, ਦੋਨੇ ਵੀ ਦਿੱਤੇ ਜਾ ਸਕਦੇ ਆ, ਇੱਕ ਵੀ ਦਿੱਤਾ ਜਾ ਸਕਦਾ। ਸਾਡਾ ਅਗਲਾ ਪ੍ਰਸ਼ਨ ਆ ਜੀ, ਰਾਸ਼ਟਰਪਤੀ ਦੀ ਚੋਣ ਸੰਬੰਧੀ ਮਾਮਲੇ ਦੀ ਸੁਣਵਾਈ ਕਿਸ ਅਦਾਲਤ ਵਿੱਚ ਹੋ ਸਕਦੀ ਹੈ? ਇਹ ਹੋ ਸਕਦੀ ਹੈ ਸਿਰਫ ਅਤੇ ਸਿਰਫ ਸੁਪਰੀਮ ਕੋਰਟ, ਸਰਵਉੱਚ ਅਦਾਲਤ ਵਿੱਚ ਰਾਸ਼ਟਰਪਤੀ ਦੀ ਚੋਣ ਸੰਬੰਧੀ ਜੇ ਕੋਈ ਝਗੜਾ ਹੋਵੇਗਾ ਉਸ ਦੀ ਸੁਣਵਾਈ ਹੋਵੇਗੀ। ਅਗਲਾ ਤੁਸੀਂ ਨੋਟ ਕਰ ਲੈਣਾ ਚੰਗੀ ਤਰ੍ਹਾਂ, ਸੰਘ ਦੀ ਸੰਸਦ ਬਣਦੀ ਹੈ। ਆਪਾਂ ਸੰਸਦ ਦੇ ਵਿੱਚ ਸਿਰਫ ਲੋਕ ਸਭਾ ਜਾਂ ਰਾਜ ਸਭਾ ਨੂੰ ਨਹੀਂ ਰੱਖਣਾ, ਸੰਸਦ ਦੇ ਵਿੱਚ ਰਾਸ਼ਟਰਪਤੀ ਵੀ ਸ਼ਾਮਿਲ ਹੁੰਦਾ। ਇਹ ਤਿੰਨੇ ਸ਼ਕਤੀਆਂ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਮਿਲ ਕੇ ਬਣਦੀ ਹੈ ਸੰਘ ਦੀ ਸੰਸਦ, ਅਤੇ ਇਹ ਕਿਹਾ ਗਿਆ 1979 ਦੇ ਵਿੱਚ। ਰਾਸ਼ਟਰਪਤੀ ਸੰਸਦ ਦੇ ਕਿਹੜੇ ਸਮਾਗਮਾਂ ਦੀ ਸ਼ੁਰੂਆਤ ਆਪਣੇ ਭਾਸ਼ਣਾਂ ਤੋਂ ਕਰਦਾ ਹੈ? ਨਵੀਂ ਸੰਸਦ ਦਾ ਪਹਿਲਾ ਸਮਾਗਮ, ਹਰ ਸਾਲ ਸੰਸਦ ਦਾ ਪਹਿਲਾ ਸਮਾਗਮ, ਇਹ ਦੋ ਸਮਾਗਮ ਹੈ ਜੀ ਜਿਨ੍ਹਾਂ ਦੀ ਸ਼ੁਰੂਆਤ ਹੁੰਦੀ ਹੈ ਰਾਸ਼ਟਰਪਤੀ ਦੇ ਭਾਸ਼ਣ ਤੋਂ। ਨਵੀਂ ਸੰਸਦ ਜਦੋਂ ਬਣਦੀ ਹੈ ਉਸਦਾ ਪਹਿਲਾ ਸਮਾਗਮ ਹੁੰਦਾ, ਅਤੇ ਹਰ ਸਾਲ ਜਦੋਂ ਸੰਸਦ ਦਾ ਪਹਿਲਾ ਸਮਾਗਮ ਹੁੰਦਾ। ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਸਮਾਗਮ ਕੌਣ ਬੁਲਾਉਂਦਾ ਹੈ? ਇਹ ਸ਼ਕਤੀ ਹੈਗੀ ਹੈ ਰਾਸ਼ਟਰਪਤੀ ਕੋਲ। ਜੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਕੋਈ ਮਤਭੇਦ ਹੋ ਜੇ ਤਾਂ ਰਾਸ਼ਟਰਪਤੀ ਹੈ ਜਿਹੜਾ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਸਮਾਗਮ ਬੁਲਾਉਂਦਾ। ਅਗਲਾ ਹੈ, ਭਾਰਤ ਦੇ ਅਚਨਚੇਤੀ ਫੰਡ ਉੱਪਰ ਕੰਟਰੋਲ ਹੈ? ਇਹ ਹੁੰਦਾ ਜੀ ਰਾਸ਼ਟਰਪਤੀ ਦਾ ਕੰਟਰੋਲ। ਜੋ ਕੰਟਨਜੈਂਸੀ ਫੰਡ ਹੈ ਜੀ, ਇਸ ਦੇ ਵਿੱਚੋਂ ਕੋਈ ਵੀ ਪੈਸਾ ਰਾਸ਼ਟਰਪਤੀ ਦੀ ਮਨਜ਼ੂਰੀ ਬਿਨਾਂ ਖਰਚ ਨਹੀਂ ਕੀਤਾ ਜਾ ਸਕਦਾ।
ਇਸ ਦਾ ਨਾਮ ਹੈ ਅਚਨਚੇਤੀ, ਮਤਲਬ ਅਚਾਨਕ ਦੇਸ਼ ਦੇ ਉੱਪਰ ਕੋਈ ਆਫਤ ਆ ਜੇ ਪੈਸੇ ਦੀ ਜ਼ਿਆਦਾ ਲੋੜ ਹੋਵੇ ਤਾਂ ਫਿਰ ਰਾਸ਼ਟਰਪਤੀ ਇਸ ਅਚਨਚੇਤੀ ਫੰਡ ਵਿੱਚੋਂ ਪੈਸਾ ਖਰਚਣ ਦੀ ਇਜਾਜ਼ਤ ਦੇ ਸਕਦਾ। ਅਨੁਛੇਦ 352 ਅਨੁਸਾਰ ਪਹਿਲੀ ਵਾਰ ਸੰਕਟ ਕਾਲ ਦੀ ਘੋਸ਼ਣਾ ਕਦੋਂ ਹੋਈ ਸੀ? 26 ਅਕਤੂਬਰ 1962 ਦੇ ਵਿੱਚ, ਜਦੋਂ ਭਾਰਤ ਅਤੇ ਚੀਨ ਯੁੱਧ ਲੱਗਿਆ ਸੀ। ਇਹ ਪ੍ਰਸ਼ਨ ਤੁਹਾਨੂੰ ਯਾਦ ਹੋਣਾ ਜ਼ਰੂਰੀ ਹੈ। 26 ਅਕਤੂਬਰ 1962 ਦੇ ਵਿੱਚ ਜੋ ਅਨੁਛੇਦ 52, ਇਸ ਦੇ ਅਨੁਸਾਰ ਸੰਕਟ ਕਾਲ ਦੀ ਘੋਸ਼ਣਾ ਹੋਈ ਸੀ। ਅਨੁਛੇਦ ਵੀ 52 ਹੋਵੇ। ਭਾਰਤ ਵਿੱਚ ਵਿੱਤੀ ਸੰਕਟ ਦੀ ਘੋਸ਼ਣਾ ਕਿੰਨੇ ਵਾਰ ਹੋਈ ਹੈ? ਕਦੇ ਵੀ ਨਹੀਂ ਹੋਈ, ਵਿੱਤੀ ਸੰਕਟ ਨਹੀਂ ਆਇਆ ਸਾਡੇ ਦੇਸ਼ ਵਿੱਚ। ਰਾਸ਼ਟਰਪਤੀ ਦੀ ਕਿਸ ਸੰਕਟਕਾਲੀਨ ਸ਼ਕਤੀ ਦੇ ਅਧਿਕਾਰ ਦੀ ਦੁਰਵਰਤੋਂ ਹੋਈ ਹੈ? ਇਹ ਦੁਰਵਰਤੋਂ ਹੋਈ ਹੈ ਜੀ 356। ਇਹ ਰਾਜਾਂ ਦੇ ਨਾਲ ਰਾਸ਼ਟਰਪਤੀ ਸ਼ਾਸਨ ਦੇ ਨਾਲ ਸੰਬੰਧਿਤ ਹੈ। ਸੈਂਟਰ ਵਿੱਚ ਕੋਈ ਹੋਰ ਸਰਕਾਰ ਹੁੰਦੀ ਹੈ, ਰਾਜਾਂ ਵਿੱਚ ਕੋਈ ਹੋਰ ਸਰਕਾਰ ਹੁੰਦੀ ਹੈ, ਫਿਰ ਰਾਜਾਂ ਦੀ ਸਰਕਾਰ ਨੂੰ ਗਿਰਾਉਣ ਦੇ ਲਈ ਰਾਸ਼ਟਰਪਤੀ ਦੀ ਇਸ ਸੰਕਟਕਾਲੀਨ ਸ਼ਕਤੀ ਹੈ ਜਿਹੜੀ 356, ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਰਾਸ਼ਟਰਪਤੀ ਸ਼ਾਸਨ ਲਵਾ ਦਿੱਤਾ ਜਾਂਦਾ, ਜਿਵੇਂ ਦਿੱਲੀ ਦੇ ਵਿੱਚ ਆਪਾਂ ਦੇਖਦੇ ਹਾਂ ਕੇਜਰੀਵਾਲ ਨਾਲ ਬੀਜੇਪੀ ਦੀ ਨਹੀਂ ਬਣਦੀ, ਉੱਥੇ ਰਾਸ਼ਟਰਪਤੀ ਸ਼ਾਸਨ ਲਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਕਾਫੀ ਵਾਰ ਲਾਇਆ ਗਿਆ, ਠੀਕ ਹੈ, ਅਤੇ ਇੱਕ ਵਾਰ ਤਾਂ ਰਾਸ਼ਟਰਪਤੀ ਸ਼ਾਸਨ ਹੈ ਜਿਹੜਾ ਚਰੇਆਮ ਹੀ ਬਸ ਧੱਕੇ ਨਾਲ ਹੀ ਲਾ ਦਿੱਤਾ ਗਿਆ ਸੀ। ਅਤੇ ਇਸੇ ਲਈ ਕਹਿੰਦੇ ਆ ਕਿ ਇਸ ਜੋ ਰਾਸ਼ਟਰਪਤੀ ਦੀ ਸ਼ਕਤੀ ਹੈ 356, ਇਸ ਦੀ ਕਾਫੀ ਵਾਰ ਦੁਰਵਰਤੋਂ ਹੋਈ ਹੈ। ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ 35 ਸਾਲ। ਰਾਸ਼ਟਰਪਤੀ ਨੂੰ ਕਿੰਨੀ ਤਨਖਾਹ ਮਿਲਦੀ ਹੈ? 1.5 ਲੱਖ ਰੁਪਇਆ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇਸ ਤੋਂ ਬਿਨਾਂ ਹੋਰ ਵੀ ਬਾਕੀ ਭੱਤੇ ਹੁੰਦੇ ਆ। ਰਾਸ਼ਟਰਪਤੀ ਆਪਣਾ ਅਸਤੀਫਾ ਦਿੰਦਾ ਹੈ ਉਪ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਨੂੰ ਅਹੁਦੇ ਦੀ ਸਹੁੰ ਚੁਕਾਉਂਦਾ ਹੈ ਸੁਪਰੀਮ ਕੋਰਟ ਦਾ ਮੁੱਖ ਜੱਜ। ਜੇ ਸੁਪਰੀਮ ਕੋਰਟ ਦਾ ਮੁੱਖ ਜੱਜ ਨਾ ਹੋਵੇ ਤਾਂ ਫਿਰ ਸੁਪਰੀਮ ਕੋਰਟ ਦਾ ਸੀਨੀਅਰ ਜੱਜ, ਮਤਲਬ ਵੱਡੀ ਉਮਰ ਦਾ ਜੱਜ। ਰਾਸ਼ਟਰਪਤੀ ਉੱਪਰ ਮਹਾਂਦੋਸ਼ ਲਾਇਆ ਜਾ ਸਕਦਾ ਹੈ? ਇਹ ਅਨੁਛੇਦ ਹੈ ਜੀ 61। ਜੋ 61 ਅਨੁਛੇਦ ਹੈ ਇਹਦੇ ਵਿੱਚ ਰਾਸ਼ਟਰਪਤੀ ਉੱਪਰ ਮਹਾਂਦੋਸ਼ ਲਾਇਆ ਜਾ ਸਕਦਾ। 2 ਅਨੁਛੇਦ ਹੈ ਜੀ, 60 ਦੇ ਵਿੱਚ 100 ਹੁੰਦੀ ਹੈ, 61 ਦੇ ਵਿੱਚ ਮਹਾਂਦੋਸ਼ ਲਾਇਆ ਜਾ ਸਕਦਾ। ਸੱਸਾ 60 ਅਤੇ ਸੱਸਾ 100 ਜੋ ਰਾਸ਼ਟਰਪਤੀ ਨੂੰ ਲੈਣੀ ਪੈਂਦੀ ਹੈ। 61 ਅਤੇ 61 ਦੇ ਨਾਲ ਰਾਸ਼ਟਰਪਤੀ ਨੂੰ ਕੱਢ ਦਿੱਤਾ ਜਾਂਦਾ ਮਹਾਂਦੋਸ਼ ਲਾ ਕੇ। ਇਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ ਜੀ, ਠੀਕ ਹੈ। ਭਾਰਤੀ ਸ਼ਸਤਰ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਕੌਣ ਹੈ? ਰਾਸ਼ਟਰਪਤੀ, ਜੋ ਰਾਸ਼ਟਰਪਤੀ ਹੈ ਜੀ ਇਹ ਸੈਨਾ ਦਾ ਸਰਵਉੱਚ ਕਮਾਂਡਰ ਹੁੰਦਾ। ਰਾਜਪਾਲ ਆਪਣੇ ਅਹੁਦੇ ਉੱਪਰ ਬਿਰਾਜਮਾਨ ਰਹਿ ਸਕਦਾ ਹੈ? ਰਾਸ਼ਟਰਪਤੀ ਦੀ ਖੁਸ਼ੀ ਤੱਕ ਰਾਜਪਾਲ ਆਪਣੇ ਅਹੁਦੇ ਉੱਪਰ ਰਹਿ ਸਕਦਾ। ਜੇਕਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਵਾਂ ਦਾ ਅਹੁਦਾ ਖਾਲੀ ਹੋਵੇ ਤਾਂ ਕੰਮ ਸੰਭਾਲਦਾ ਹੈ ਸੁਪਰੀਮ ਕੋਰਟ ਦਾ ਮੁੱਖ ਜੱਜ। ਜੇ ਮੁੱਖ ਜੱਜ ਵੀ ਨਾ ਹੋਵੇ ਤਾਂ ਜੋ ਸੁਪਰੀਮ ਕੋਰਟ ਦੇ ਵਿੱਚ ਸਭ ਤੋਂ ਵੱਡੀ ਉਮਰ ਦਾ ਜੱਜ ਹੋਵੇਗਾ ਉਹ ਸੰਭਾਲੇਗਾ ਇਹ ਕੰਮ। ਅਤੇ ਇੱਕ ਪ੍ਰਸ਼ਨ ਹੋਰ ਪੁੱਛਿਆ ਜਾ ਸਕਦਾ ਕਿ ਜੋ ਕਾਰਜਵਾਹਕ ਰਾਸ਼ਟਰਪਤੀ ਇਸ ਤਰ੍ਹਾਂ ਚੁਣਿਆ ਜਾਂਦਾ ਹੈ ਕਿ ਉਹ ਆਪਣੇ ਅਹੁਦੇ ਦੀ ਸਹੁੰ ਲੈਂਦਾ ਹੈ? ਹਾਂਜੀ, ਉਸਨੂੰ ਵੀ ਸਹੁੰ ਲੈਣੀ ਪੈਂਦੀ ਹੈ ਆਪਣੇ ਅਹੁਦੇ ਦੀ। ਰਾਸ਼ਟਰਪਤੀ ਕਿਸ ਸੂਚੀ ਦੇ ਵਿਸ਼ਿਆਂ ਉੱਪਰ ਅਧਿਆਦੇਸ਼ ਜਾਰੀ ਨਹੀਂ ਕਰ ਸਕਦਾ? ਜੋ ਰਾਜ ਸੂਚੀ ਹੈ ਜੀ ਇਸ ਦੇ ਵਿਸ਼ਿਆਂ ਉੱਪਰ ਰਾਸ਼ਟਰਪਤੀ ਅਧਿਆਦੇਸ਼ ਜਾਰੀ ਨਹੀਂ ਕਰ ਸਕਦਾ, ਕਿਉਂਕਿ ਇਸ ਉੱਪਰ ਫਿਰ ਰਾਜਪਾਲ ਕਰੇਗਾ ਕੰਮ, ਜੋ ਵੀ ਕਰੇਗਾ। ਰਾਜ ਦੇ ਵਿੱਚ ਰਾਜਪਾਲ ਹੁੰਦੇ ਆ, ਰਾਸ਼ਟਰਪਤੀ ਦੇ ਹੀ ਨੁਮਾਇੰਦੇ ਹੁੰਦੇ ਆ ਸਾਰੇ। ਰਾਸ਼ਟਰਪਤੀ ਦੀਆਂ ਸ਼ਕਤੀਆਂ ਹਨ, 3 ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ, ਸਧਾਰਨ ਸ਼ਕਤੀ, ਆਪਾਤਕਾਲੀਨ ਸ਼ਕਤੀ ਅਤੇ ਸੈਨਿਕ ਸ਼ਕਤੀਆਂ। ਕੀ ਕਾਰਜਵਾਹਕ ਰਾਸ਼ਟਰਪਤੀ ਨੂੰ ਆਪਣੇ ਅਹੁਦੇ ਦੀ ਸਹੁੰ ਲੈਣੀ ਪੈਂਦੀ ਹੈ? ਹਾਂਜੀ, ਜਦੋਂ ਰਾਸ਼ਟਰਪਤੀ ਨਾਮ ਅੱਗੇ ਲੱਗ ਗਿਆ ਤਾਂ ਫਿਰ ਉਸਨੂੰ ਸਾਰਾ ਜੋ ਕੰਮ ਹੈ ਰਾਸ਼ਟਰਪਤੀ ਦੀ ਤਰ੍ਹਾਂ ਕਰਨਾ ਪਵੇਗਾ, ਅਤੇ ਰਾਸ਼ਟਰਪਤੀ ਦੀ ਤਰ੍ਹਾਂ ਆਪਣੇ ਅਹੁਦੇ ਦੀ ਸਹੁੰ ਵੀ ਲੈਣੀ ਪਵੇਗੀ। ਰਾਸ਼ਟਰਪਤੀ ਉੱਪਰ ਮਹਾਂਦੋਸ਼ ਲੱਗਣ ਤੋਂ ਬਾਅਦ ਉਸਦੀ ਪਦਵੀ ਖਾਲੀ ਕਦੋਂ ਸਮਝੀ ਜਾਵੇ? ਉਸ ਸਮੇਂ ਤੋਂ ਜਦੋਂ ਮਹਾਂਭਿਯੋਗ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਫਿਰ ਉਸੇ ਸਮੇਂ ਤੋਂ ਰਾਸ਼ਟਰਪਤੀ ਦਾ ਜੋ ਪਦ ਹੈ ਉਹ ਖਾਲੀ ਸਮਝਿਆ ਜਾਂਦਾ। ਰਾਸ਼ਟਰਪਤੀ ਅਚਨਚੇਤੀ ਫੰਡ ਵਿੱਚੋਂ ਧਨ ਦੀ ਵਰਤੋਂ ਕਿਸ ਦੀ ਮਨਜ਼ੂਰੀ ਨਾਲ ਕਰ ਸਕਦਾ ਹੈ? ਆਪਣੀ ਮਰਜ਼ੀ ਅਨੁਸਾਰ ਕਰ ਸਕਦਾ। ਰਾਸ਼ਟਰਪਤੀ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੈ? ਕੋਈ ਸੀਮਾ ਨਹੀਂ। ਅਧਿਆਦੇਸ਼ ਜਾਰੀ ਕਰਨਾ ਰਾਸ਼ਟਰਪਤੀ ਦੀ ਕਿਹੜੀ ਸ਼ਕਤੀ ਹੈ? ਇਹ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ ਜੀ। ਜੋ ਅਧਿਆਦੇਸ਼ ਜਾਰੀ ਕਰਦਾ ਰਾਸ਼ਟਰਪਤੀ, ਇਹ ਉਸਦੀ ਸ਼ਕਤੀ ਹੈ, ਪ੍ਰਸ਼ਾਸਨਿਕ ਸ਼ਕਤੀ। ਹੁਣ ਤੱਕ ਕਿੰਨੇ ਰਾਸ਼ਟਰਪਤੀਆਂ ਉੱਪਰ ਮਹਾਂਦੋਸ਼ ਲੱਗ ਚੁੱਕਿਆ? ਕਿਸੇ ਵੀ ਰਾਸ਼ਟਰਪਤੀ ਉੱਪਰ ਮਹਾਂਦੋਸ਼ ਨਹੀਂ ਲੱਗਿਆ। ਕੀ ਰਾਸ਼ਟਰਪਤੀ ਸੰਵਿਧਾਨ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ? ਨਹੀਂ ਜੀ, ਸੰਵਿਧਾਨ ਆ ਜੋ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।